ਅਸਾਂ ਬਿਲਕੁਲ ਇੱਥੇ ਇੱਕ ਜਗ੍ਹਾ ਤੱਕ ਹੀ ਹੈ, ਅਸਾਂ ਅਸੀਂ ਖੁੰਨੇ ਪਏ ਕਿ ਕਿਤੇ ਥੱਲੇ ਮਿੱਟੀ ਖੁੰਦੀ ਵੀ ਸੀ, ਲੇਕਿਨ ਇਸ ਟਾਈਮ ਤਾਂ ਜ਼ਾਹਿਰ ਗੱਲ ਅਗਰ ਖਲ ਛਲ ਹੋਇਆ ਵੀ ਨਹੀਂ, ਰੱਸੀ ਜੀ ਟੰਗੀ ਵੀ ਹੈ ਕਿ ਇੱਥੇ ਬਿਲਕੁਲ ਬਾਕੀ ਲਾ ਟਾਂਗਾ ਆ, ਕੋਈ ਕਸਾਈ ਵੀ ਤੱਕੀ ਤਾਂ ਅਗਰ ਮੀਕੇ ਗੱਲ ਆਈ ਹੋਇਆ ਕਿ ਗਲਤ ਹੈ ਤਾਂ ਤੁਸੀਂ ਆਪਣਾ ਭਰਾ ਐਂਡ ਜੀ ਵਿਜੂ ਲਾਜ਼ਮੀ ਤੱਕ ਸੋ ਮਾੜੀ ਜਿਹੜਾ ਐਂਡਲਾ ਬੰਦਾ ਹੈ ਉਸਨਾ ਪੈਗਾਮ ਸੋ ਸੁਣੋ ਕਿ ਉਸ ਪਹਿਲੇ ਕਿਆ ਹੈ ਔਰ ਨਾੜ ਥਾਣੇ ਵਿੱਚ ਜਾਈ ਤਾਂ ਆਪਣਾ ਪੈਗਾਮ ਚੇਂਜ ਕਰਨਾ ਕਿ ਮਾਣਾ ਉੱਥੇ ਜਿੱਦਾਂ ਕਿ ਮਾੜੀ ਬੱਕਰੀ ਚੋਰੀ ਨਹੀਂ ਹੋਈ ਆ, ਲੇਕਿਨ ਦੇਖੋ ਕਿ ਪਹਿਲੇ ਵੀਡੀਓ ਝੂਠ ਬੋਲਿਆ ਔਰ ਦੁਬਾਰਾ ਫਿਰ ਜੇ ਉੱਥੇ ਵੀ ਝੂਠ ਮਾਰਿਆ। ਸਲਾਮ ਅਲੈਕੁਮ ਮਾੜੀ ਪਰ ਤੁਹਾਡੇ ਪਰ ਉਮੀਦ ਕਰਨਾ ਸਾਡੀ ਸੋ ਮੇਰੇ ਹਿੰਦੀ ਮਾ ਇਸ ਟਾਈਮ ਆਪਣੇ ਰੇ ਦਾਲਾ ਕੇ ਮੌਜੂਦ ਆ ਸੋ ਪਿੰਨਾ ਪਰ ਦੱਸਣਾ ਕਿ ਚੋਰੀ ਨਾ ਸਿਲਸਿਲਾ ਕੋਥਾ ਜੇ ਪਹੁੰਚਿਆ। ਬਾਕੀ ਮੈਂ ਗੁਜ਼ਾਰਿਸ਼ ਕਰਦਾ ਲਾਲਚ ਸਬਸਕ੍ਰਾਈਬ ਕਰ ਮੇਰੇ ਬਾਕਸੀ ਬਾਸੋ ਸੇ ਮਾ ਵੀਡੀਓ ਕੀ ਲੈਣੀ ਹੈ, ਲੇਕਿਨ ਇਹ ਕਿ ਜਿਹੜੀ ਚੋਰੀ ਨੇ ਵਰਦਾਤ ਹੋਈ ਮੈਂ ਉਸ ਜਗ੍ਹਾ ਵੀ ਗਿਆ ਔਰ ਉਹ ਵਰਦਾਤ ਜਿਹੜੀ ਪਹਿਲੇ ਹੋਣੀ ਰਹੀ ਹੈ ਜਿਹੜੀ ਹੁਣ ਵਰਦਾਤ ਹੀ ਉੱਥੇ ਤਾਂ ਮੈਂ ਨਾ ਪਹੁੰਚ ਸਕਿਆ ਕਿਉਂਕਿ ਉੱਥੇ ਖਲ ਸੀ ਤਾਂ ਉਹ ਬੰਦਿਆਂ ਖਰਾਬ ਹੋਏਗੀ ਜਿਹੜੇ ਬੰਦਿਆਂ ਨੇ ਮੈਂ ਸੁਣਿਆ। ਬਾਕੀ ਅੱਜ ਮੈਂ ਗਿਆ ਸਾਂ ਉਸ ਜਗ੍ਹਾ ਜਿੱਥੇ ਉਹ ਬੱਕਰੀ ਕੱਪੀ ਜ਼ਬਾ ਕਰਨਾ ਸੀ ਉਹ ਟੰਗਾ ਲਾਈ ਤਾ ਉਹ ਖਲ ਛਲ ਲਾਉਣਾ ਸੀ ਉੱਥੇ ਵੀ ਮੈਂ ਗਿਆ ਉਹ ਉਸੇ ਦੱਸਣਾ। ਬਾਕੀ ਮੈਂ ਗੁਜ਼ਾਰਿਸ਼ ਦੁਬਾਰਾ ਕਰਦਾ ਲਾਜ਼ਮ ਸਬਸਕ੍ਰਾਈਬ ਕਰਿਆ ਕਰੋ ਔਰ ਵੀਡੀਓ ਸ਼ੇਅਰ ਕਰਿਆ ਕਰੋ। ਅੱਜ ਮੈਂ ਤੁਸੀਂ ਦੱਸਣਾ ਕਿ ਰੈਦਾਣੀ ਵਿੱਚ ਪਹਿਲੇ ਮੰਝਾਂ ਦਾ ਇੱਕ ਵਾਕਿਆ ਹੋਇਆ ਸੀ, ਸੋ ਭੈਣਾ ਭਰਾਵਾਂ ਸੁਣਿਆ ਵੀ ਸੀ ਔਰ ਮਾੜੀ ਵੀਡੀਓ ਤੱਕਿਆ ਹੋਇਆ ਸੀ, ਲੇਕਿਨ ਇਹ ਮੰਝਾਂ ਦਾ ਜਿਹੜਾ ਚੋਰ ਸੀ ਉਹ ਰੈਦਾਣੀ ਨਾ ਸੀ ਔਰ ਡਡਿਆਲ ਮੰਝਾਂ ਚੋਰੀ ਹੋਈਆਂ ਸਨ ਉਸਕੀ ਚੋਰਿਆ ਕਿ ਰੈਦਾਣੀ ਨੇ ਬੰਦੇ ਮਾਸ਼ਾਅੱਲਾ ਕਾਫੀ ਡਡਿਆਲ ਨੇ ਬੰਦੇ ਸਪੋਰਟ ਕੀਤੀ ਹੈ ਔਰ ਚੋਰਿਆ ਕਿ ਮੰਜ਼ਲ ਪਰ ਪਹੁੰਚਾਇਆ ਮੈਂ ਰੈਦਾਣੀ ਉਹਨਾਂ ਬੰਦੇ ਕਿ ਮੈਂ ਸਰੂਟ ਮਾਰਨਾ। ਅੱਜ ਉਹ ਰੈਦਾਣੇ ਬੰਦੇ ਕੁਥ ਹਨ ਕਿ ਜਿਹੜਾ ਰੈਦਾਣਾ ਮੇਨ ਬੰਦਾ ਬੱਕਰੀਆਂ ਚੋਰੀ ਕਰਨਾ ਉਹ ਗਰੀਬਾਂ ਨਹੀਂ ਆ, ਮੈਨਾਂ ਬੜਾ ਸ਼ਰਮਨਾਇਰਾ ਮਕਾਮ ਹੈ ਔਰ ਬੜਾ ਦੁੱਖਣਾ ਮਜ਼ਾ ਹੈ ਆਪਣਾ, ਲੇਕਿਨ ਮੈਂ ਸੱਚ ਬੋਲਣਾ ਮੈਂ ਸੱਚ ਬੋਲਣਾ ਕਦੇ ਮੈਂ ਸ਼ਰਮ ਮਹਿਸੂਸ ਨਾ ਕਰਨਾ ਔਰ ਸੱਚ ਬੋਲਣਾ ਕੋਈ ਜੁਰਮ ਨਹੀਂ ਹੋਣਾ। ਰੈਦਾਣਾ ਮੇਨ ਬੰਦਾ ਆ ਜਿਸ ਚੋਰੀ ਕੀਤੀ ਹੈ, ਅੱਜ ਉਹ ਬੰਦੇ ਕੁਥ ਹਨ ਉਸ ਬੰਦੇ ਕਿਵੇਂ ਬਚਾਉਣੇ ਹਨ, ਮੈਂ ਆ ਜੀ ਉਸਕੀ ਬਚਾਉਣਾ ਨਹੀਂ ਚਾਹੀਦਾ ਉਸਕੀ ਮੰਜ਼ਿਲ ਪਰ ਪਹੁੰਚਾਉਣਾ ਚਾਹੀਦਾ ਕਿ ਮੈਂ ਕਿ ਬੜੀ ਰੁਕਾਵਟਾਂ ਅਸ਼ਨੀਆਂ ਕਿ ਵੀਡੀਓ ਨਾ ਬਣਾਇਆ ਕੋਈ ਜ਼ਿਕਰ ਨਾ ਕਰਿਆ ਜਾਂ ਜਾ, ਲੇਕਿਨ ਆ ਕਿ ਸੱਚ ਬੋਲਣਾ ਕੋਈ ਜੁਰਮ ਨਹੀਂ ਹੋਣਾ। ਅੱਜ ਮਾੜੇ ਦੋਸਤ ਨੂੰ ਮੈਂ ਇੰਗਲੈਂਡ ਫੋਨ ਕੀਤਾ ਆ, ਉਹਨਾਂ ਨੇ ਕਿਹਾ ਉਸ ਚੋਰਾ ਨਾ ਕੀ ਨਹੀਂ ਕਹਿੰਦਾ, ਲੇਕਿਨ ਇੱਕ ਰੈਦਾਣੇ ਕਾਫੀ ਬੰਦੇ ਆਉਣੇ ਨੇ ਕਿ ਚੋਰਾ ਨਾ ਕਹਿਣਾ ਚਾਹੀਦਾ ਸੀ ਜਿਹੜੇ ਸੱਚ ਬੋਲਣ ਔਰ ਇੰਗਲੈਂਡ ਦੇ ਲੋਕ ਤਾਂ ਮਾਸ਼ਾਅੱਲਾ ਦਲੇਰ ਔਰ ਸੱਚ ਬੋਲਣ ਔਰ ਸੱਚ ਦੀ ਸਪੋਰਟ ਕਰਨੇ। ਮੈਂ ਜ਼ਿਆਦਾ ਟਾਈਮ ਵਾਲਾ ਇੰਗਲੈਂਡੀਆਂ ਲੋਕਾਂ ਨਾਲ ਗੁਜ਼ਰਨਾ ਜੋ ਵੀ ਪਾਕਿਸਤਾਨ ਅਸ਼ੀਨ ਜਾਂ ਉਹਨਾਂ ਨੇ ਫੈਮਿਲੀ ਇੱਥੇ ਆਉਂਦੀਆਂ, ਮੈਂ ਜ਼ਿਆਦਾ ਗੱਡੀ ਛੱਡੀ ਚਲਾਉਣਾ ਉਹਨਾਂ ਨਾਲ, ਉਹਨਾਂ ਨੇ ਕੱਪੜੇ ਵੀ ਸਿਲਾਈ ਕਰਨਾ ਮੈਂ ਲੇਕਿਨ ਹਰ ਕੰਮ ਕਰਨਾ, ਲੇਕਿਨ ਇੰਗਲੈਂਡੀਆਂ ਬੰਦਿਆਂ ਕੋਲ ਮੈਂ ਇਹ ਗੱਲ ਸਹੀ ਹੈ ਕਿ ਸੱਚ ਬੋਲੋ ਸੱਚ ਦੀ ਸਪੋਰਟ ਕਰੋ, ਲੇਕਿਨ ਇਸ ਟਾਈਮ ਉਸ ਚੋਰਾ ਕਿ ਬਿਲਕੁਲ ਬਚਾਉਣੇ ਰੈਦਾਣੇ ਲੋਕ ਉਸਕੀ ਨਾ ਬਚਾਓ। ਅੱਜ ਉਸ ਥੋੜ੍ਹੀ ਚੋਰੀ ਕੀਤੀ ਹੈ, ਕੱਲ ਬੜੀ ਚੋਰੀ ਕਰਤੀ ਔਰ ਰੈਦਾਣਾ ਨਾ ਇਸ ਤਰ੍ਹਾਂ ਡਬਾਉਣਾ, ਰੈਦਾਣਾ ਨਾ ਰੋਸ਼ਨ ਚੰਗੇ ਤਰੀਕੇ ਨਾਲ ਲਾਉਣਾ, ਚੋਰੀ ਕਰਨ ਨਾਲ ਨਹੀਂ ਹੋਣਾ। ਮੈਂ ਵਾਜ਼ਿਆ ਗੱਲ ਕਰਨਾ ਨੇ ਔਰ ਮੈਂ ਤੁਸੀਂ ਦੱਸਣਾ ਕਿ ਰੈਸ ਦਾਕਰ ਸਾਹਿਬ ਰੈਦਾਣੇ ਮਾਸ਼ਾਅੱਲਾ ਬੜੀ ਅਸਤੀਨ, ਮੈਂ ਉਹਨਾਂ ਕੀ ਸਰੂਟ ਮਾਰਨਾ ਔਰ ਦਲੇਰ ਬੰਦੇ ਨੇ। ਮੈਂ ਅੱਜ ਤੂੰ ਕਾਫੀ ਟਾਈਮ ਪਹਿਲਾਂ ਨੇ ਕਿ ਮੈਂ ਗੱਲ ਅੱਜ ਨਿਕਲੀ ਆਈ, ਮੈਂ ਸਿੱਧਾ ਰੈਸ ਦਾਕਰ ਸਾਹਿਬ ਕੀ ਮੈਂ ਤੜਫਣੇ ਤੱਕਿਆ ਕਿ ਗਰੀਬ ਬੰਦੇ ਨੇ ਬੱਚੇ ਵਾਸਤੇ ਤੜਫਣੇ ਤੱਕਿਆ ਕਿ ਰੈਸ ਦਾਕਰ ਸਾਹਿਬ ਕੋਲ ਪੈਸੇ ਉਸ ਟਾਈਮ ਆ ਲਿਆ ਖੁਜੇ ਬਾਈ ਨੇ ਸੁਣਾ ਫੋਨ ਕੀਤਾ ਕਿ ਚਕਸੁਆਰੀ ਐਂਬੂਲੈਂਸ ਖੜੋ ਤਾਂ ਫਟੋ ਨਹੀਂ ਫਲਾਣ ਜਗ੍ਹਾ ਖਲੋ, ਬੰਦਾ ਪੈਸੇ ਸੀ ਮੈਂ ਆਉਣਾ ਵਾਕਿਆ ਉੱਥੇ ਐਂਬੂਲੈਂਸ ਖਲਤੀ ਉਹਨਾਂ ਬੰਦਿਆਂ ਪਾਇਆ ਕਿ ਇਤਨੇ ਜ਼ਿਆਦਾ ਉਸ ਪੈਸੇ 'ਤੇ ਰੈਸ ਦਾਕਰ ਸਾਹਿਬ ਇੱਕ ਨਾਂ ਨਹੀਂ ਬ੍ਰਾਂਡ ਰੈਦਾਣਾ, ਲੇਕਿਨ ਇਹ ਕਿ ਇਸ ਚੋਰ ਨੇ ਮਾਮਲੇ 'ਚ ਰੈਸ ਦਾਕਰ ਸਾਹਿਬ ਵੀ ਅਖਲਾਕ ਸ਼ੇਖ ਸਾਹਿਬ ਨਾਲ ਘਰ ਗਏ ਔਰ ਉਹਨਾਂ ਕੀ ਤਰ੍ਹਾਂ ਨਹੀਂ ਸੀ ਇਲਮ ਕਿ ਇਹ ਚੋਰੀ ਵਰਦਾਤ ਜਿਹੜੀ ਹੈ ਚੋਰ ਜਿਹੜਾ ਸੀ ਕੋਈ ਅਜਾ ਨਹੀਂ ਇਹ ਪੁਰਾਣਾ ਚੋਰ ਹੈ। ਮੈਂ ਰੈਸ ਦਾਕਰ ਸਾਹਿਬ ਕੀ ਵੀ ਗੁਜ਼ਾਰਿਸ਼ ਕਰਸਾਂ ਕਿ ਰਹਿ ਜੀ ਤੁਸੀਂ ਵੀ ਥੋੜ੍ਹਾ ਜਿਹਾ ਅਹਿਤਿਆਤ ਕਰਿਆ ਕਰੋ ਕਿਉਂਕਿ ਤੁਹਾਨੂੰ ਨਾ ਆ ਚੋਰਾਂ ਨੂੰ ਸਪੋਰਟ ਨਾ ਕਰਿਆ ਕਰੋ, ਕਿਉਂਕਿ ਸੋ ਕਿ ਚਲੋ ਇਹ ਚੀਜ਼ਾਂ ਨਹੀਂ ਸੀ ਇਲਮ ਨਹੀਂ ਪਤਾ ਮੈਂ ਰੈਸ ਦਾਕਰ ਸਾਹਿਬ ਨਾਲ ਮਾੜੀ ਗੱਲ ਹੋਈ ਹੈ। ਮਾਸ਼ਾਅੱਲਾ ਉਹਨਾਂ ਨੇ ਫੈਮਿਲੀ ਸਾਰੀ ਇੰਗਲੈਂਡ ਵੀ ਤੱਕਣੀ ਹੈ ਔਰ ਇੱਥੇ ਬੰਦੇ ਵੀ ਤੱਕਣੇ, ਲੇਕਿਨ ਇਹ ਕਿ ਅੱਛੀ ਚੀਜ਼ ਹੈ ਔਰ ਮੈਂ ਰੈਸ ਦਾਕਰ ਸਾਹਿਬ ਨੂੰ ਸਪੋਰਟ ਕਰਨਾ ਕਿ ਉਹਨਾਂ ਅੱਛਾ ਹੀ ਕੰਮ ਕੀਤਾ। ਚਲੋ ਠੀਕ ਹੈ ਸ਼ੇਖਾਂ ਨੇ ਬੱਕਰੀ ਉਹਨਾਂ ਸੋਚਿਆ ਕਿ ਇੱਕ ਕੀਤੀ ਐਸੇ ਮਾਮਲਾ ਕੀਤਾ, ਲੇਕਿਨ ਜਿਲ੍ਹਾ ਓਪਨ ਹੋਇਆ ਰੈਦਾਣੀ ਬੰਨੀ ਲਈ ਸਾਰੇ ਨੇ ਬੱਕਰੀਆਂ ਓਪਨ ਹੋ ਗਈਆਂ। ਰੈਸ ਦਾਕਰ ਸਾਹਿਬ ਕਿਉਂ ਲਾ ਪਤਾ ਲੱਗਾ ਰੈਸ ਦਾਕਰ ਸਾਹਿਬ ਹੈ ਇਸ ਚੀਜ਼ਾਂ ਮੈਂ ਉਸ ਬੰਦੇ ਨੂੰ ਸਪੋਰਟ ਨਾ ਕਰਨਾ ਕਿ ਮੈਂ ਸਪੋਰਟ ਉਸ ਬੰਦੇ ਨੂੰ ਕਰਨਾ ਜਿਹੜਾ ਗਰੀਬ ਹੈ। ਰੈਸ ਦਾਕਰ
ਤਾਕਤ ਸਾਹਿਬ ਵਾਕਿਆ ਗਰੀਬ ਨੂੰ ਸਪੋਰਟ ਕਰਨਾ, ਯਤੀਮਾਂ ਮਸਕੀਨਾਂ ਬੇਵਾ ਨੂੰ ਸਪੋਰਟ ਕਰਨਾ, ਰਾਜ ਤਾਕਤ ਸਾਹਿਬ ਕਿ ਮੈਂ ਸਲੂਟ ਮਾਰਨਾ ਔਰ ਅੱਛੇ ਬੰਦੇ ਹੀ ਅੱਛੇ ਬੰਦੇ ਨੂੰ ਮੈਂ ਹਮੇਸ਼ਾ ਤਾਰੀਫ ਹੀ ਕਰਨਾ, ਕਿਉਂਕਿ ਕਈ ਬੰਦੇ ਮਾਰ ਇਤਰਾਜ਼ ਵੀ ਕਰਨੇ, ਜ਼ਿਆਦਾ ਵੀਡੀਓ ਲੰਬੀ ਹੋ ਜਾਣੀ, ਕਿਤੋਂ ਗੱਲਾਂ ਜ਼ਿਆਦਾ ਕਰ ਜਾਣੀਆਂ, ਲੇਕਿਨ ਆ ਕੇ ਮੈਂ ਗੁਜ਼ਾਰਿਸ਼ ਕਰਦਾ ਆਪਣੇ ਮਹਿਕਮੇ ਕਿ ਇਸ ਚੋਰੇ ਕੀ ਮੰਜ਼ਿਲ ਪਰ ਪਹੁੰਚਾਓ, ਕਿਉਂਕਿ ਆਉਣ ਵਾਲੇ ਵਕਤ 'ਚ ਕੋਈ ਬੜੀ ਚੋਰੀ ਵੀ ਕਰ ਸਕਣਾ, ਅਗਰ ਕਿਸੇ ਮਾੜੀ ਗੱਲ ਬੁਰੀ ਲੱਗਣੀ ਮੈਂ ਜ਼ਰੂਰ ਮਾਫੀ ਚਾਹਤਾ, ਜਿਹੜੇ ਬੰਦੇ ਮੇਰੀ ਫੋਨ ਕਰੀ ਰਾਤੀ 12 ਵਜੇ ਆਉਣਾ ਕਿ ਵੀਡੀਓ ਕਿ ਅਪਲੋਡ ਕਰਨੀ ਹੈ, ਉਹਨਾਂ ਕਿ ਮੈਂ ਬਾਣਾ, ਅਗਰ ਸੱਚੀ ਚੀਜ਼ ਹੋਇਆ ਤਾਂ ਮੈਂ ਇਨਸ਼ਾਅੱਲਾ ਉਸੇ ਭੈਣਾਂ ਭਰਾਵਾਂ ਜੀ ਦੱਸਾਂ, ਜਿਹੜੇ ਝੂਠ ਹੈ ਉਹ ਝੂਠ ਹੋਣਾ, ਬਾਕੀ ਮੈਂ ਅੱਗੇ ਆਉਣਾ ਕਿ ਜਿਹੜਾ ਮੌਕੇ ਵਾਰਦਾਤ ਪਰ ਗਵਾਹ ਸੀ ਉਸ ਗਵਾਹ ਉਸ ਬੰਦੇ ਦਾ ਜ਼ਿਕਰ ਕੀਤਾ, ਨਾ ਉਸ ਬੰਦੇ ਨੇ ਕਹਿੰਦਾ, ਲੇਕਿਨ ਮੈਂ ਨਾ ਤਾਂ ਨਾ ਕਹਿੰਦਾ, ਦਰਖਾਸਤਾਂ ਵੀ ਹੋ ਗਈਆਂ, ਹਰ ਚੀਜ਼ ਹੋ ਗਈ, ਇਸ 'ਤੇ ਮੈਂ ਜੇ ਬੰਦਾ ਨਹੀਂ ਗ੍ਰਿਫਤਾਰ ਹੋਇਆ, ਲੇਕਿਨ ਮੈਂ ਇੰਤਜ਼ਾਮੀਆ ਕੀ ਗੁਜ਼ਾਰਿਸ਼ ਕਰਦਾ ਪਲੀਜ਼ ਉਸ ਬੰਦੇ ਕੀ ਜਲਦੀ ਜਲਦੀ ਗ੍ਰਿਫਤਾਰ ਕਰੋ, ਕਿਉਂਕਿ ਰੈਦਾਨੀ ਸਾਰੀ ਆਵਾਮ ਜਾਗਣੀ ਜਿਹੜੀ ਹੈ, ਨਲਾ ਆਪਣੇ ਨੇ ਡਗਾਰਾ ਜੀਆਂ ਬੰਦੇ ਜਾਗੀ ਗਏ, ਲੇਕਿਨ ਜਿਸ ਤਰ੍ਹਾਂ ਰੈਦਾਨੇ ਬੰਦਿਆਂ ਉਸ ਮੰਜੀ ਚੋਰਾ ਕੀ ਮੰਜ਼ਿਲ ਪਰ ਪਹੁੰਚਿਆ, ਮੈਂ ਉਮੀਦ ਹੈ ਕਿ ਇਸ ਤਰ੍ਹਾਂ ਰੈਦਾਨੇ ਬੰਦੇ ਇਸ ਚੋਰਾ ਕੀ ਬੱਕਰੀ ਚੋਰਾ ਕੀ ਜਿਹੜੇ ਬੱਕਰੀਆਂ ਗਰੀਬਾਂ ਦੀਆਂ ਜ਼ਬਾ ਕਰੀ ਭਰੀ ਵੇਚਣਾ ਰਿਹਾ, ਲੇਕਿਨ ਉਸ ਭੈਣ ਭਰਾ ਦੱਸ ਰਿਹਾ ਕਿ ਅਸੀਂ ਕਿਆ ਪਤਾ ਕਿ ਉਹ ਹਲਾਲ ਅਸੀਂ ਖਵਾਲਾ ਰਿਹਾ ਆਰਾਮ ਖਵਾਲਾ ਰਿਹਾ, ਲੇਕਿਨ ਇਹ ਚੀਜ਼ਾਂ ਨਹੀਂ ਪਤਾ, ਬਾਕੀ ਆ ਕਰੈਸ ਜ਼ਾਕਰ ਸਾਹਿਬ ਕੀ ਮੈਂ ਗੁਜ਼ਾਰਿਸ਼ ਕਰਸਾਂ, ਰਾਏ ਜੀ ਪਲੀਜ਼ ਤੁਸਾਂ ਵੀ ਕੋਸ਼ਿਸ਼ ਕਰਿਆ ਕਰੋ, ਪਹਿਲੇ ਗੱਲਾਂ ਕਿ ਪੂਰਾ ਬੁੱਝਿਆ ਕਰੋ, ਫਿਰ ਬੰਦੇ ਨੇ ਜਾ ਕਰੋ, ਰਾਏ ਜ਼ਾਕਰ ਸਾਹਿਬ ਮੈਂ ਆਉਣਾ ਜੀ, ਬੜੇ ਸ਼ਰੀਫ ਬੰਦੇ ਨੇ, ਮੈਂ ਜ਼ਾਤੀ ਤੌਰ 'ਤੇ ਉਹਨੂੰ ਜਾਣਦਾ ਹਾਂ, ਬੜੇ ਸ਼ਰੀਫ ਬੰਦੇ ਨੇ, ਉਹ ਜਿਹੜੇ ਕੋਈ ਆਹਨੇ ਰਾਏ ਜੀ ਮੈਂ ਮਾੜਾ ਬੱਚਾ ਬਿਮਾਰ ਹੈ ਤਾਂ ਮੀ ਕੀ ਹੋਏ ਮਾੜੀ ਸਪੋਰਟ ਕਰੋ, ਤਾਂ ਮੈਂ ਆਉਣਾ, ਉਹ ਇਹ ਨਹੀਂ ਪੁੱਛਣ ਲੱਗਿਆ ਕਿ ਬੱਚਾ ਬਿਮਾਰ ਹੈ, ਅਸੀਂ ਸਪੋਰਟ ਕਰੀ ਔਰ ਸਰ, ਲੇਕਿਨ ਇਹ ਕਿ ਜਿਹੜਾ ਵਾਕਿਆ ਮਾੜਿਖਾ ਹੋਇਆ ਉਹ ਬੰਦਾ ਬੱਚਾ ਬਿਮਾਰ ਸੀ, ਮੈਂ ਆਉਣਾ ਇਤਨਾ ਬੰਦਾ ਤੜਫਿਆ ਜਿਸ ਤਰ੍ਹਾਂ ਆਪਣੇ ਮਾਂ ਪਿਓ ਭੈਣਾਂ ਭਰਾ ਤੜਫਿਆ, ਇਸ ਤਰ੍ਹਾਂ ਬੰਦਾ ਤੜਫਿਆ, ਮੈਂ ਝੂਠੀ ਗੱਲ ਨਾ ਕਰਨਾ, ਮੈਂ ਸੱਚ ਬੋਲਣਾ, ਸੱਚ ਬੋਲਣਾ, ਕੋਈ ਜੁਰਮ ਨਹੀਂ ਹੋਣਾ, ਰਾਏ ਸ਼ਤਾਕ ਸਾਹਿਬ ਮੈਂ ਸਭ ਕੋਲ ਮਾਫੀ ਚਾਹ ਸਕਦਾ, ਮੈਂ ਤੁਹਾਨੂੰ ਜ਼ਿਕਰ ਕਰ ਛੁੜਿਆ ਸੀ ਜੈਵ, ਲੇਕਿਨ ਇਹ ਕਿ ਤੁਹਾਡੀ ਫੈਮਿਲੀ ਕੋਲ ਮੈਂ ਮਾਫੀ ਚਾਹ ਸਕਦਾ, ਮੈਂ ਤੁਹਾਨੂੰ ਜ਼ਿਕਰ ਕੀਤਾ, ਲੇਕਿਨ ਇਹ ਰਾਏ ਸ਼ਤਾਕ ਸਾਹਿਬ ਜ਼ਾਤੀ ਤੌਰ ਬਹੁਤ ਅੱਛੇ ਬੰਦੇ ਨੇ, ਲੇਕਿਨ ਇਹ ਕਿ ਉਹਨਾਂ ਨਾਲ ਕੋਈ ਮਾਮਲਾ ਇਸ ਚੋਰੀ ਦੇ ਵਿੱਚ ਨਹੀਂ, ਜਾਂ ਚੋਰਾਂ ਨੇ ਉਹ ਸਪੋਰਟ ਇਸ ਟਾਈਮ ਨਹੀਂ ਕਰਨੇ ਪਏ, ਉਹਨਾਂ ਕਿ ਨਹੀਂ ਸੀ ਪਤਾ, ਉਹਨਾਂ ਕਿ ਜਿਸ ਤਰ੍ਹਾਂ ਉਹਨਾਂ ਕੋ ਬਾਇਆ ਗਲਤ ਗਾਈਡ ਕਰ ਛੁੜਿਆ ਨੇ, ਤਾਂ ਰਾਏ ਸ਼ਤਾਕ ਸਾਹਿਬ ਉਹਨਾਂ ਨੇ ਘਰ ਗਏ ਸੀ, ਲੇਕਿਨ ਇਹ ਕਿ ਉਹਨਾਂ ਵੀ ਜੇ ਤਾਂ ਸ਼ਹਿਰ ਨੇ ਸਪੋਰਟ ਕੀਤੀ ਇਸ ਚੀਜ਼ ਦੇ ਵਿੱਚ, ਉਸ ਚੋਰਾਂ ਨੇ ਕੋਈ ਸਪੋਰਟ ਨਹੀਂ ਕੀਤੀ, ਬਾਕੀ ਆ ਕਿ ਅਗਰ ਮੈਂ ਕਿਸੇ ਜਗ੍ਹਾ ਗਲਤੀ ਕਰਨਾ ਤੁਸੀਂ ਭੈਣ ਭਰਾ ਇੱਕ ਮਿੰਟ ਲੋਸ ਜ਼ਰੂਰ ਕਰਿਆ ਕਰੋ, ਕਿਉਂਕਿ ਮੈਗੀ ਤੁਹਾਨੂੰ ਕਮੈਂਟਾਂ ਇੰਤਜ਼ਾਰ ਰਹਿਣਾ ਔਰ ਮੈਂ ਥੋੜ੍ਹਾ ਮਾੜੇ ਲੰਮੀ 'ਚ ਵੀ ਇਜ਼ਾਫਾ ਹੋਣਾ, ਬਾਕੀ ਆ ਕਿ ਮੈਂ ਕਿ ਜਲਦੀ ਜਲਦੀ ਅੱਗੇ ਅਸੀਂ ਦੱਸਣੀ ਕਿ ਰੈਦਾਨੀ ਰਮਜ਼ਾਨ ਰੁਝਾਨੀ ਨਾ ਮੁੜੇ ਨੇ ਗਵਾਹੀ ਜਿਹੜੀ ਆ ਉਹ ਵਾਜ਼ਿਆ ਕਰਨਾ ਪਿਆ ਕਿ ਕਿਹੜਾ ਬੰਦਾ ਚੋਰੀ ਕਰੀ ਕਿਸ ਤਰ੍ਹਾਂ ਕੀਤੀ ਹੈ ਔਰ ਜਿੱਥੇ ਚੋਰੀ ਵਰਦਾਤ ਹੋਈ ਹੈ ਉਹ ਅਸੀਂ ਦੱਸਣੀ, ਬਾਕੀ ਇੱਕ ਰਸਦਾਕ ਸਾਹਿਬ ਸਭ ਕੋਲ ਮਾਫੀ ਚਾਹਣਾ, ਬਾਕੀ ਸਭ ਆਪਣਾ ਕੋਲ ਮਾਫੀ ਚਾਹਣਾ, ਜ਼ਿੰਦਗੀ ਨਾ ਪਤਾ ਕੌਣ ਹੋਣਾ, ਹਮੇਸ਼ਾ ਸੱਚ ਬੋਲਿਆ ਕਰੋ ਔਰ ਸੱਚ ਨਹੀਂ ਸਪੋਰਟ ਕਰਿਆ ਕਰੋ, ਬਾਕੀ ਆ ਕਿ ਮਾੜੀ ਖੁਦ ਸਾਡੀ ਫੈਮਿਲੀ ਨਹੀਂ ਬੱਕਰੀ ਵੀ ਚੋਰੀ ਹੋਏਗੀ ਔਰ ਮਾੜੇ ਫੁੱਫੜਾ ਉਹਨਾਂ ਨੇ ਬੱਕਰੀ ਚੋਰੀ ਗਿਆ ਔਰ ਜਾਣੀ ਤੱਕੋ ਕਿ ਉਹਨਾਂ ਨੇ ਭੈਣ ਵੀ ਬਿਲਕੁਲ ਇੱਕ ਅੱਖਾਂ ਤੋਂ ਜਿਸ ਕਿ ਨਬੀਣੀ ਹੈ ਮਾਈ ਔਰ ਬੇਵਾ, ਲੇਕਿਨ ਇਹ ਕਿ ਰੱਖਦਾਨ ਖੋਫ ਕਰਿਆ ਕਰੋ, ਸ਼ਰਮ ਕਰਿਆ ਕਰੋ, ਇਹ ਜੇ ਬੰਦੇ ਨੇ ਸੋ ਬੱਕਰੀਆਂ ਚੋਰੀ ਕਰਨੇ ਹੋ, ਅਗਰ ਕਿਸੇ ਜ਼ਰੂਰਤ ਹੋਣੀ ਹੈ ਮੀ ਕਿ ਬਹੁਤ ਮੈਂ ਵੀਡੀਓ ਬਣਾ ਸਾਂ ਅਤੇ ਇਨਸ਼ਾਅੱਲਾ ਜਿਹੜੇ ਯੂਕੇ ਅੰਦਰ ਭੈਣਾਂ ਭਰਾ ਬੈਠੇ ਹੋਏ ਇਨਸ਼ਾਅੱਲਾ ਸਪੋਰਟ ਕਰ ਸਨ, ਲੇਕਿਨ ਇਹ ਕਿ ਚੋਰਾ ਕਿ ਦਬਾਇਆ ਨਾ, ਯਾਦ ਰੱਖੋ ਮਾੜੀ ਗੱਲ ਇਹ ਆ ਕਿ ਚੋਰੀ ਚੋਰੀ ਸੋ ਕਰ ਸੋ 100 ਸਾਲ ਹੈ ਬਾਅਦ ਵੀ ਜਿਹੜੀਆਂ ਨਾ ਉਹ ਜਾਗ ਸੀ, ਬਾਕੀ ਆ ਕਿ ਗੱਲਾਂ ਬੋ ਹੋ ਗਈਆਂ, ਮੈਂ ਮਾਫੀ ਚਾਹਣਾ ਭੈਣਾਂ ਭਰਾਵਾਂ ਕੋਲੋਂ ਕਿ ਅਗਰ ਕਿਸੇ ਮਾੜੀ ਗੱਲ ਬੁਰੀ ਲੱਗੀ। ਉਹ ਸਰ ਬਿਲਕੁਲ ਇੱਥੇ ਇੱਕ ਜਗ੍ਹਾ ਤੱਕ ਹੀ ਹੈ, ਉਸ ਅਸੀਂ ਖੁੰਨੇ ਪਏ ਹਾਂ ਕਿ ਕਿਤੇ ਥੱਲੇ ਮਿੱਟੀ ਖੁੰਤੀ ਵੀ ਸੀ, ਲੇਕਿਨ ਇਸ ਟਾਈਮ ਤਾਂ ਜ਼ਾਹਿਰ ਗੱਲ ਅਗਰ ਖਲ ਛਲ ਹੋਇਆ ਵੀ ਤਾਂ ਉਹ ਖਲ ਵੀ ਕਿਆ ਹਾਲ ਬਣੇੜੋ, ਉਹ ਖਲ ਵੀ ਖਾਣ ਜਾਣੀ ਹੈ, ਖਤਮ ਹੋ ਜਾਣੀ, ਜਿਹੜੀ ਇਹ ਚੀਜ਼ ਹੈ ਬਿਲਕੁਲ ਗਵਾਹੀ ਦੇਣੀ ਹੈ, ਰੱਸੀ ਜਿਹੀ ਟੰਗੀ ਵੀ ਹੈ ਕਿ ਇੱਥੇ ਬਿਲਕੁਲ ਬਾਕੀ ਲਟਾਂਗ ਆ, ਕੋਈ ਕਸਾਈ ਵੀ ਤੱਕੀ ਤਾਂ ਅਗਰ ਮੀਂਹ ਕੇ ਗੱਲ ਆਹੀ ਹੋਇਆ ਕਿ ਗਲਤ ਹੈ ਤਾਂ ਜਨਾਬ ਮੈਂ ਇਸ ਕੋਲ ਮਾਫੀ ਮੰਗਣ ਵਾਸਤੇ ਤਿਆਰ ਹਾਂ ਕਿ ਜੇ ਇਹ ਟਾਂਗਾ ਲੱਗਿਆ ਇਹ ਬਿਲਕੁਲ ਇਸ ਕੇ ਆਉਣ ਕਿ ਬੱਕਰੀ ਜਾਂ ਬੱਕਰਾ ਕੋਈ ਸ਼ਾਇਦ ਵੀ ਸਿਮ ਟੰਗੀ ਉਸਨੇ ਖਲ ਲਾਈ ਗਈ ਹੈ, ਔਰ ਜੰਗਲ ਵਿੱਚ ਇੱਥੇ ਕੌਣ ਖਲ ਲਾਇਆ ਜੀ, ਕਿਆ ਹਾਲ ਹੈ ਬਲੇੜੋ, ਤਾਂ ਔਰ ਇੱਥੋਂ ਕੋਈ ਰੱਸੀ ਕਿੱਥੇ ਤੱਕੀ ਹੈ ਕੋਈ, ਮੈਂ ਡੰਗਰ ਇੱਧਰ ਲਾਉਣਾ ਨਾ, ਅੱਛਾ ਡੰਗਰ ਸਿੱਧੇ ਲਾਉਣੇ ਹੋ, ਮਾਲ ਛਾ ਲਾਉਣੇ ਹੋ, ਹਾਂ ਮਾਲ ਲਾਉਣਾ, ਅੱਛਾ ਇੱਥੇ ਆਇਆ ਮੈਂ ਇੱਥੇ ਕਰਦਾ, ਮੈਂ ਤੱਕੀ ਰੱਸੀ, ਤੁਸਾਂ ਵੀ ਉਮਰ ਹੋਈ ਗਈ, ਤੁਹਾਨੂੰ ਆਈਡੀਆ ਕਿਆ ਲਾਉਣਾ, ਮੈਂ ਤਾਂ ਜਿੱਥੇ ਜਾਂ ਆਈਡੀਆ ਮਾੜਾ ਲਾਉਣਾ, ਮੈਂ ਤਾਂ ਇਹ ਚੀਜ਼ ਠੀਕ ਹੈ, ਮੈਂ ਮਾੜੀ ਵੀ 60 ਸਾਲ ਉਮਰ ਹੋਈ ਗਈ ਹੈ, ਮੈਂ ਵੀ ਇਸ ਕਰ ਤੱਕਣਾ ਰਿਹਾ ਹੋਈ ਹੈ ਰੱਸੀ ਬਿਲਕੁਲ,
ਕਸਾਈ ਲਾਈ ਸਕਣਾ। ਅੱਛਾ, ਕਹਿੰਦਾ ਕਿ ਮਿੱਟੀ ਪੋਲੀ ਸੀ ਵਿੱਚ ਕੋਈ ਸ਼ਾਇਰ ਨਹੀਂ ਲੱਭੀ? ਕੋਈ ਸ਼ਾਇਰ ਨਹੀਂ ਕੋਣੀ। ਅੱਛਾ, ਕਿ ਮਿੱਟੀ ਪੋਲੀ ਹੈ? ਅੱਛਾ, ਮਿੱਟੀ ਦਾ ਰੇ ਖੁੰਤੀ ਸੀ ਤਾਂ ਲੱਗਣੀ ਸੀ ਤਰ ਕਿ ਚੋਰਾ ਚੋਰੀ ਕਰੀ ਤਾਂ ਦੱਬੀ ਗਿਆ ਸੀ ਵਿੱਚ, ਕੀ ਹਾਲ ਹੈ? ਦੱਬੀ ਗਿਆ ਸਭ ਕੁਝ ਦੱਬੀ ਗਿਆ, ਰੰਬੀ ਨਹੀਂ ਜੇ ਹੁਣ ਪ੍ਰੋਲਾ ਸੀ। ਅੱਛਾ ਠੀਕ, ਇੱਥੇ ਵੀ ਤੱਕ ਹੀ ਸੁਣ, ਲੇਕਿਨ ਇਹ ਕਿ ਚਲੋ ਕਨਫਰਮ ਹੀ ਨਹੀਂ, ਲੇਕਿਨ ਇਹ ਕਿ ਜਿਹੜੀ ਜੀ ਦਾ ਰੱਸੀ ਇਹ ਬਿਲਕੁਲ ਕਨਫਰਮ ਹੋ ਚੁੱਕੀ ਹੈ। ਮਜ਼ੀਦ ਸੁਣ ਦੱਸਣੇ ਕਿ ਇਸ ਜਗ੍ਹਾ ਵਿੱਚ ਥੋੜ੍ਹਾ ਖੁੰਨੇ ਆਸਾਂ ਕਿ ਇੱਥੇ ਮਿੱਟੀ ਖੁੰਤੀ ਵੀ ਹੈ, ਔਰ ਇਸ ਨਾਲ ਕਿਆ ਸੂਰਤ ਹਾਲਾਤ ਵਿਖਿਆਤ ਨੇ ਕਿਉਂਕਿ ਜੋ ਚੋਰ ਹੈ ਉਸ ਚੋਰੀ ਕਰੀ ਖਲ ਛਲ ਇਸ ਵਿੱਚ ਹੋ ਹੀ ਸਕਣਾ, ਕੋਈ ਦੱਬੀ ਵੈ ਇਹ ਮੈਂ ਖੂਨੀ ਚੈੱਕ ਕਰ ਸਕਦਾ। ਲੇਕਿਨ ਉਸ ਨਾਲ ਦੱਸਦੇ ਕਿ ਜਿਹੜੇ ਬੱਕਰਵਾਲਾਂ ਨੇ ਘਰ, ਜਿਹੜੇ ਬੱਕਰਵਾਲਾਂ ਨੇ ਬੱਕਰੀਆਂ ਵੀ ਇੱਥੋਂ ਛੋਂਟੀ ਲੈਣੇ ਚੋਰੀ ਹੋਈਆਂ, ਕਿਉਂਕਿ ਬਿਲਕੁਲ ਉਹਨਾਂ ਨੇ ਘਰ ਨਜ਼ਦੀਕ ਨੇ, ਔਰ ਬੰਨੀ ਲੈਣੇ ਘਰ ਵੀ ਜਿਹੜੇ ਬਿਲਕੁਲ ਇਸ ਟਾਈਮ ਨਜ਼ਦੀਕ ਨਹੀਂ ਥੈ। ਔਰ ਉਸਦਾ ਕਿਸੇ ਨੇ ਕਿ ਇਹ ਨੀਚੇ ਬੁਣ ਜਿਹੜਾ ਨਾ ਜਿਹੜਾ ਕਬਰਸਤਾਨ ਹੈ ਔਰ ਪਰ ਇਹ ਅਤੀਕ ਔਰ ਘਰ ਹਨ, ਔਰ ਛੂੰਟੀ ਲੈਣੇ ਇਹ ਘਰ ਇੱਥੇ ਬਿਲਕੁਲ ਸੋ ਤਾਂ ਕਿਸੇ ਨਜ਼ਦੀਕ ਨੇ, ਔਰ ਤਾਂ ਕਦੇ ਦੂਰ ਕੋਈ ਨਹੀਂ ਬੱਕਰੀਆਂ ਸੋ ਤਾਂ ਕਿਸੇ ਨੇ ਇਹ ਪਾਰ, ਬਿਲਕੁਲ ਕੋਈ ਬੰਦਾ ਨਾ ਇਸ ਟਾਈਮ ਬੱਕਰੀਆਂ ਨੇ ਕੋਈ ਨਹੀਂ, ਕਿਉਂਕਿ ਬੱਕਰੀਆਂ ਜੰਗਲ ਹੈ ਸੋ ਸਾਰੇ ਪਾਸੇ ਤਾਂ ਕਿਸੇ ਨੇ ਇੱਥੇ ਬੰਦੇ ਲਾਏ ਤਾਂ ਫਿਰ ਲੱਗੇ ਜਿਹੜੇ ਨੇ ਆਪਣੇ ਘਰਾਂ ਕੇ ਬੇਫਿਕਰੇ। ਉਸ ਤੋਂ ਬਾਅਦ ਕਿਸੇ ਨੇ ਉਹ ਪਾਰ ਜਾਂ ਦੂਰ ਜਿਹੜੇ ਬੰਨੀਲੇ ਬੱਕਰੀਆਂ ਉਸ ਤੋਂ ਲਾਉਣੇ ਨੇ, ਇਸ ਪਾਸੇ ਜਿਹੜੇ ਲੱਗਣੀਆਂ ਨੇ ਬਿਲ ਪੌੜੀ ਲੈਣੇ ਬੱਕਰੀ ਲੱਗਣੀਆਂ। ਬਾਕੀ ਤੁਸੀਂ ਦੱਸਣੀਆਂ ਕਿ ਜਿਹੜਾ ਚੋਰੀ ਨੇ ਬਰਦਾਤ ਕਰਨੇ ਇਹਨਾਂ ਇੱਥੇ ਕੀਤੀ ਹੈ, ਹੁਣ ਸੀ ਨਾਲ ਲੱਗਿਆ ਦੱਸਣੀਆਂ ਕਿ ਜਿਹੜਾ ਇੱਥੇ ਨਾ ਹਾਂ ਇੱਕ ਖੱਡਾ ਜਿਹੜਾ ਇੱਥੇ ਲੱਗਿਆ ਕੋਈ ਮਿੱਟੀ ਲੱਗਣੀ ਹੈ, ਲੇਕਿਨ ਇਹ ਹੈ ਕਿ ਕੋਈ ਇਹਨਾਂ ਦਿਹਾੜਿਆਂ 'ਚ ਕੋਈ ਬਰਦਾਤ ਪਈ ਹੈ ਵੀ, ਹੁਣ ਬਾਰਿਸ਼ਾਂ ਖਰਚਾ ਹੋ ਗਈਆਂ, ਲੇਕਿਨ ਰੱਸੀ ਨੂੰ ਜ਼ਿਆਦਾ ਹੁਣ ਵੀ ਨਹੀਂ ਦੱਸਣਾ, ਲੇਕਿਨ ਜਿਸ ਤਰ੍ਹਾਂ ਰੱਸੀ ਲਾਤ ਵੀ ਕਿਆ ਤਨਾ ਇਹ ਬਿਲਕੁਲ ਤਾਂ ਕਿਸੇ ਨੇ ਕਿ ਜਿਸ ਤਰ੍ਹਾਂ ਰੱਸੀ 'ਚ ਬੰਦਾ ਲੱਤਾਂ ਫਸਾਉਣਾ ਇਹ ਇਸ ਤਰ੍ਹਾਂ ਹੋ ਗਿਆ। ਬਾਕੀ ਤੱਕਣਿਆਂ ਕਿ ਅੱਗੇ ਇੱਥੇ ਇਹ ਜਗ੍ਹਾ ਖੁੰਨੇ ਆਸਾਂ ਸੀ ਤਾਂ ਪਤਾ ਲੱਗ ਸੀ ਕਿ ਇਸ ਵਿੱਚ ਕਿਆ ਲਾਤ ਵੀ ਕਿਆ ਤਨ ਕਿ ਹੋ ਹੀ ਸਕਣਾ ਇਸ 'ਚ ਕੋਈ ਚੀਜ਼ ਬਰਾਮਦ ਹੋਈ ਜਾ ਸਕੀ, ਕਿਉਂਕਿ ਮੈਂ ਪੂਰਾ ਚੀਜ਼ ਹੋਇਆ ਭੈਣਾਂ ਭਰਾਵਾਂ ਪਤਾ ਲੱਗਿਆ ਕਿ ਇੱਥੇ ਕਿਆ ਹਾਲਾਤ ਕਿਆ ਤਾਂ ਮੈਂ ਰੰਬੀ ਛੰਬੀ ਤਾਂ ਕੋਈ ਜਾਂਦੀ ਇੱਥੇ ਆਇਆ ਚਾਚਾ ਅਰਸ ਦੋਨਾਂ ਹੈ ਜੀ ਕਿ ਇੱਥੇ ਬੱਕਰੀ ਜਿਹੜੀ ਹੈ ਟੰਗਣ ਹੋਣੀ ਹੀ ਹੈ ਜਿਸ ਤਰ੍ਹਾਂ ਹਾਲਾਤ ਵਿਕਾਤ ਲੱਗਣੇ ਨੇ ਸੀ। ਤੁਸੀਂ ਭੈਣਾਂ ਭਰਾ ਦੱਸਣਾ ਵਾ ਕਿ ਜਿੱਥੇ ਕੁਛ ਹੋਰ ਵਰਦਾਤਾਂ ਹੋਣੀਆਂ ਮੈਂ ਉਹਨਾਂ ਜਗ੍ਹਾ ਪਰ ਜਾਣਾ ਮਹਿਣਾ ਕਿ ਭੈਣਾਂ ਭਰਾਵਾਂ ਕਿ ਪਤਾ ਲੱਗਿਆ ਕਿ ਚੋਰ ਨੇ ਬਰਦਾਤ ਕਿਹੜੀ ਜਗ੍ਹਾ ਹੋਈ ਹੈ ਔਰ ਕਿਸ ਤਰ੍ਹਾਂ ਹੋਣੀ ਹੈ ਔਰ ਬੰਦੇ ਚੋਰ ਉਹ ਕਿਆ ਕੰਮ ਕਰ ਰਹੇ ਹਨ। ਔਰ ਸਭ ਭੈਣਾਂ ਭਰਾ ਤਾਂ ਕਿਸੇ ਨੂੰ ਕਿ ਇਹ ਰੱਸੀ ਜਿਹੜੀ ਹੈ ਉੱਪਰ ਬੱਧੀ ਵੀ ਬੂਟੇ ਨਾਲ, ਠੀਕ ਹੈ ਟਲ ਨੇ ਬੂਟੇ ਨਾਲ ਬੱਧੀ ਵੀ ਹੈ ਔਰ ਇਹ ਜੰਗਲਾਂ ਵਿੱਚ ਹੈ, ਲੇਕਿਨ ਇਸ ਨੇ ਤੁਸੀਂ ਤੱਕ ਹੀ ਸਕਦੇ ਹੋ ਕਿ ਇਹ ਮੱਖੀਆਂ ਜਿਹੜੀਆਂ ਇਹ ਵੀ ਤੱਕ ਔਰ ਇਹ ਅੱਗ ਲੱਗਣੇ ਥੂ ਬਾਅਦ ਨਹੀਂ ਰੱਸੀ ਬੱਧੀ ਵੀ ਕਿਉਂ ਪਹਿਲਾਂ ਅੱਗ ਲੱਗੀ ਹੋਈ ਹੈ ਤਾਂ ਕੋਈ ਸੜੀ ਗਿਆ ਸੀ ਅਤੇ ਬੂਟੇ ਦੁਬਾਰਾ ਨਵੇਂ ਮੁੱਲੇ ਮੱਖੀ ਤੋਂ ਤਾਂ ਕਿਸੇ ਨੂੰ ਇਸ ਤਰ੍ਹਾਂ ਇਹ ਔਰ ਇਹ ਜਿਹੜੇ ਨਾ ਰੱਸੀ ਨਾਲ ਦਾਗ ਵੀ ਸਕਦਾ ਕਿਸੇ ਨੇ ਉਹ ਔਰ ਬਿਲਕੁਲ ਜਿਸ ਕਹਿਣਾ ਨਾ ਕਿ ਬੱਕਰੀ ਜਿਹੜਾ ਟੰਗਣੇ ਕਿ ਕਸਾਈ ਟੰਗਣੇ ਤਾਂ ਕੋਈ ਬੱਕਰੀ ਤਾਂ ਉਸ ਸਾਹਿਬ ਬਣਾਉਣੇ ਟਾਂਗਾ ਵੀ ਲੱਤਾਂ ਫਸਾਉਣੇ ਫਿਰ ਉਸ ਜਿਹੜੀ ਹੋਣੀ ਖਲ ਉਹ ਸੋਹੀ ਲਈ ਜਾਣੀ ਹੈ ਅਤੇ ਬਾਕੀ ਤਾਂ ਇਹ ਇਸ ਜਿਹੜੇ ਬਰਦਾਤ ਇਸ ਤੋਂ ਪਹਿਲੇ ਨੇ ਕੋਈ ਵਾਕਿਆ ਲੱਗਣਾ ਕਿਉਂਕਿ ਥੱਲੇ ਇਸ ਤਰ੍ਹਾਂ ਕੋਈ ਚੀਜ਼ ਨਹੀਂ ਲੱਗਣੀ ਪਈ। ਬਾਕੀ ਤੁਸੀਂ ਦੱਸ ਰਿਹਾ ਕਿ ਤਾਂ ਕਿਸੇ ਨੇ ਸੂਰਤ ਹਾਲਾਤ ਵਗੈਰਾ ਇੱਥੇ ਕਹਿਣ। ਸਲਾਮ ਅਲੈਕਮ। ਵਾਹਿਗੁਰੂ ਸਲਾਮ ਜੀ, ਕਿਆ ਨਾਮ ਸੋਨਾ? ਇਮਰਾਨ। ਅੱਛਾ ਇਮਰਾਨ ਸਾਹਿਬ, ਜਿਲ੍ਹਾ ਕੋਈ ਚੋਰੀ ਨੇ ਬਰਦਾਤ ਹੋਈ ਹੈ ਸੋ ਧਾਰਾ ਸੋ ਜੀ ਮੈਂ ਉੱਥੇ ਸਾਂ। ਸੋ ਕਿਆ ਕਰਨੇ ਸੋ ਉਧਰ? ਮੈਂ ਉਹਦੇ ਬੱਕਰੀਆਂ ਤੱਕਣੇ ਗਿਆ। ਅੱਛਾ ਬੱਕਰੀਆਂ ਤੱਕਣੇ ਗਏ ਸੋ ਸਾਂ, ਕਹਿਣ ਕਿ ਬੱਕਰੀਆਂ ਤੁਹਾਨੂੰ ਆਪਣੇ ਚਾਰਨੇ ਸੋ ਜਾਂ ਕੁਛ ਲੀਆਂ? ਮੈਂ ਆਪਣੀਆਂ ਚਾਰਨੇ ਸੋ। ਅੱਛਾ ਤੇ ਜਿਹੜਾ ਚੋਰੀ ਕਰਨ ਵਾਲਾ ਬੰਦਾ ਸੀ ਉਹ ਕਿਹੜਾ ਸੀ? ਕੋਈ ਕਾਲੀ ਸੀ? ਕਾਲੀ ਕਾਲੀ ਨਾ ਸੁਣਾ, ਕਿੱਥੇ ਕੋਈ ਰਹਿਣਾ? ਉਹ ਸਾਰੇ ਪੁੰਚ ਬਹਿ ਰਹਿਣਾ ਤੇ ਕੰਮ ਕਸਾਈਆਂ ਨੇ ਕਰਨਾ ਜਾਂ ਵੈਸੇ ਹੀ ਹੈ? ਕੋਈ ਕਸਾਈਆਂ। ਅੱਛਾ ਤਾਂ ਜਿਲ੍ਹਾ ਤੁਸੀਂ ਉਸ ਬੱਕਰੀ ਕੋਈ ਤੰਦੀ ਜਾਂ ਕਹਿ ਸੀ ਤੁਹਾਨੂੰ ਕੁਛ? ਕੋਈ ਤੰਦੀ ਸੀ। ਅੱਛਾ ਕੋਈ ਤੰਦੀ ਹੈ ਮਤਲਬ ਗੋਸ਼ਤ ਮੂੰਡੇ ਪਰ ਰੱਖਿਆ ਸੀ ਜਾਂ ਇਸ ਸਾਰਾ ਕੋਈ ਕੁਛ ਚੀਜ਼ ਪਾਈ ਤੰਦੀ ਹੈ? ਅੱਛਾ ਕੋਈ ਛੁਰੀ ਛੁਰੀ ਇੱਥੇ ਤੱਕ ਹੀ ਤੁਸੀਂ ਕੋਈ? ਅੱਛਾ ਤਾਂ ਤੁਸੀਂ ਜਿਲ੍ਹਾ ਤੋੜੇ ਪਏ ਤੱਕ ਹੀ ਤਾਂ ਕਿਆ ਕਰਨਾ ਸੀ?
ਕਿਹੜਾ ਬੰਦਾ ਚੋਰ ਹੈ ਔਰ ਉਸ ਨਾਮ ਵੀ ਤੱਕ ਹੀ ਸਕਣੇ ਹੋ ਕਿ ਦਾਣੇ ਦੇ ਵਿੱਚ ਰੇਤ ਹੈ ਮਗਰ ਬੰਦੇ ਇਸ ਤਰ੍ਹਾਂ ਕਰਨਾ ਤਾਂ ਮੈਂ ਕਿ ਭੈਣਾਂ ਭਰਾਉਣਾ ਚਾਹੀਦਾ ਕਿ ਇਹ ਜੇ ਬੰਦੇ ਕਿ ਸਾਹਮਣੇ ਆਉਣਾ ਚਾਹੀਦਾ ਔਰ ਇਸਨੂੰ ਸਪੋਰਟ ਨਾ ਕਰਨ ਤਾਂ ਕਈ ਬੰਦੇ ਇਸ ਚੀਜ਼ਾਂ ਨੂੰ ਜ਼ਿਆਦਾ ਸਪੋਰਟ ਕਰਨ ਬਾਕੀ ਤੱਕ ਕਿਸੇ ਹੋਰ ਵੀ ਜਿਹਨਾਂ ਬੰਦੇ ਨੇ ਬੱਕਰੀ ਚੋਰੀ ਹਨ ਔਰ ਮੇਨ ਬੰਦਾ ਉਸ ਤੱਕ ਸਕਣਾ ਜਿਹੜਾ ਆ ਔਰ ਇਹ ਜਿਹੜੀ ਦਰਖਾਸਤ ਹੈ ਐਪਲੀਕੇਸ਼ਨ ਜਿਹੜੀ ਹੋਈ ਹੈ ਪਹਿਲੇ ਹੋਈ ਹੈ ਤੱਕ ਹੀ ਸਕਣੇ ਹੋਏ ਵੀ ਔਰ ਇਹ ਦਾਣੇ ਵਿੱਚ ਮਾਸ਼ਾਅੱਲਾ ਕਾਫੀ ਤਾਦਾਦ ਵਿੱਚ ਬੰਦੇ ਨੇ ਬੱਕਰੀਆਂ ਚੋਰੀ ਗਈਆਂ ਔਰ ਚੋਰੀ ਹੋਣੇ ਦੀ ਵਜ੍ਹਾ ਇਹ ਹੈ ਕਿ ਕਸਾਈ ਕੋਈ ਅਤੇ ਜਨਾਬ ਜੰਗਲਾਂ 'ਚ ਸਫਾਈ ਕਰੀ ਉਸਨੇ ਤਾਂ ਜਨਾਬ ਅੱਛੀ ਗੋਸ਼ਤ ਵੇਚਣੇ ਇਹ ਜਨਾਬ ਰਾਜਧਾਨੀ ਬਣੀ ਪਰ ਇਹਨਾਂ ਨੇ ਕਾਰਨ ਫਜ਼ਲ ਅੱਜ ਫਜ਼ਲ ਇਹਨਾਂ ਨੂੰ ਆਇਆ ਔਰ ਇਹਨਾਂ ਆਪਣਾ ਬਿਆਨ ਅੱਜ ਬਦਲੀ ਛੋੜਿਆ ਕਿ ਉਹ ਨਾਲ ਥਾਣੇ ਵਿੱਚ ਚਾਹੀਦਾ ਅਤੇ 6 ਮਹੀਨੇ ਪਹਿਲੇ ਜਿਹੜਾ ਇੱਥੋਂ ਮੈਂ ਲਾਇਆ ਬੱਕਰੀਆਂ ਨਾਲ ਅਤੇ ਬੱਕਰੀ ਤਾਂ ਇੱਕ ਬਰੋਟਾ ਮੁੜੀ ਆਇਆ ਅਤੇ ਇੱਕ ਬਰੋਟਾ ਜਿਹੜਾ ਨਹੀਂ ਮੁੜਿਆ ਅਸਾਂ ਫਿਰ ਲੋੜ ਹੀ ਰਹੇ ਹਾਂ ਸਾਰੇ ਪਾਸੇ ਲੋੜਿਆ ਨਹੀਂ ਲੱਭਾ ਨਾ ਉਸਨੇ ਕੋਈ ਸਿਰੇ ਨਾ ਖਰਾਬੜੇ ਨਾ ਕੋਈ ਨਿਸ਼ਾਨ ਵਾਈ ਕਿੱਧਰ ਖਾਈ ਗਈ ਜਾਂ ਕਿਆ ਖਾਦਾ ਪਤਾ ਲੱਗਾ ਵਾ ਇਹ ਮਾਮਲਾ ਇੱਕ ਬੰਦਾ ਕਰਨਾ ਅਤੇ ਇਸ ਵਾਸਤੇ ਜਿਹੜਾ ਉਹਨੂੰ ਮਾੜਾ ਪਰੋਠਾ ਗਏ ਆ ਅੱਜ ਤੁਸੀਂ ਆਪਣਾ ਪਰਾ ਦੱਸਣਾ ਕਿ ਜਿਹੜਾ ਆਸਫ ਕੁਫਕਾਲੀ ਚੋਰ ਹੈ ਅੱਜ ਉਸਨੇ ਭਾਈ ਦੀ ਦੁਕਾਨ ਪਰ ਅੱਜ ਹੀ ਫਜ਼ਲ ਅਹਿਦ ਸਾਹਿਬ ਬੈਠੇ ਸਨ ਅਤੇ ਉਹਨਾਂ ਨੇ ਇੱਥੇ ਕੋਈ ਆਪੇ ਵਿੱਚ ਹੋਈ ਕੀ ਹੈ ਔਰ ਅੱਜ ਥਾਣੇ ਵਿੱਚ ਜਾਈ ਤਾਂ ਇਹਨਾਂ ਆਪਣਾ ਬਿਆਨ ਚੇਂਜ ਕਿਸੇ ਇਹਨਾਂ ਜੇ ਇੱਥੇ ਥਾਣੇ 'ਚ ਹੈ ਜੀ ਕਿ ਮਾੜੀ ਬੱਕਰੀਆਂ ਕੋਈ ਨਹੀਂ ਚੋਰੀਆਂ ਤਾਂ ਕੋਈ ਪਹਿਲਾਂ ਦਰਖਾਸਤ ਦੇਣੇ ਨੇ ਫਿਰ ਉੱਪਰੋਂ ਇਹ ਗੱਲ ਆ ਅੱਛਾ ਕਹਿਣਾ ਕਿ ਚੋਰ ਇੱਥੇ ਆਪਣਾ ਜਾਂ ਕੋਈ ਬਾਹਰ ਆਉਣ ਤਾਂ ਨਹੀਂ ਹੋਏ ਜ਼ਾਹਿਰ ਹੈ ਬਾਹਰ ਇਹਨੇ ਕੁੱਥੋਂ ਵਸਣੇ ਕੋਈ ਘਰ ਭੇਤੋਂ ਬੰਦਾ ਆਉਣਾ ਨਾ ਜਾਣਾ ਨਾ ਉਸੇ ਪਤਾ ਵਾ ਘਰ ਇੱਧਰ ਬੰਦਾ ਹੈ ਕੋਈ ਸਾਰੇ ਕੰਮਾਂ ਪਰ ਲੱਗੇ ਤਾਂ ਉਹ ਪਿੱਛਾ ਕਰੀ ਇੰਨੇ ਚੋਰ ਅੱਛਾ ਤਾਂ ਪਹਿਲੇ ਕਿਤੇ ਗਿਆ ਸੁਣਿਆ ਕਿਤੇ ਬੱਕਰੀ ਚੋਰੀ ਹੋਈ ਆ ਮਾੜਾ ਹੀ ਆ ਬਰੋਟਾ ਗਿਆ ਅੱਗੇ ਗਈਆਂ ਲੇਕਿਨ ਇਹ ਆ ਕਿ ਉਹ ਇਨਸ਼ਾਅੱਲਾ ਨੈਕਸਟ ਵਲੌਗ ਨੂੰ ਲਾਜ਼ਮੀ ਇੰਤਜ਼ਾਰ ਕਰ ਸੋ ਨੈਕਸਟ ਵਲੌਗ ਉਸ ਤੇ ਪ੍ਰੋਪਰ ਦੱਸਾਂ ਕਿ ਇਹ ਫਜ਼ਲ ਆਈ ਸਾਹਿਬ ਕੋਣਨ ਔਰ ਜਿਹੜਾ ਕਾਲੀ ਹੈ ਉਹ ਗੋਸ਼ਤ ਕੀ ਨਹੀਂ ਤਾਂ ਕਿਹੜੇ ਕਿਹੜੇ ਰਾਹ ਵਿੱਚ ਤਰੋੜਾ ਕੀਤਾ ਗਿਆ ਔਰ ਕੁਣ ਕੁਣ ਉਸ ਨਾਲ ਅੱਗੇ ਕਿਹੜਾ ਕਿਹੜਾ ਬੰਦਾ ਉਸ ਕੀ ਰਸਤੇ 'ਚ ਮਿਲਿਆ ਉਸ ਰਸਤੇ ਵਿੱਚ ਉਹਨਾਂ ਬੰਦਿਆਂ ਕੀ ਕਿਆ ਕਿਆ ਆਇਆ ਇਨਸ਼ਾਅੱਲਾ ਅਸੀਂ ਉਹ ਵਲੌਗ ਵੀ ਦੱਸਦੇ ਹਾਂ।